ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸੋਸ਼ਲ ਮੀਡੀਆ ਤੇ ਦੋ ਅੰਮ੍ਰਿਤਧਾਰੀ ਸਿੱਖ ਚਿਕਨ ਨੂੰ ਕੱਟ ਰਹੇ ਨੇ। ਆਈ ਡੋਨਟ ਨੋ ਤੁਸੀਂ ਦੇਖੀ ਹੋਗੀ ਇਹ ਵੀਡੀਓ। ਹਾਂਜੀ, ਉਹ ਬੜੀ ਪੁਰਾਣੀ ਆ ਜੀ, ਉਹ ਤੇ ਬਹੁਤ ਪੁਰਾਣੀ ਆ। ਹੁਣ ਪਤਾ ਨਹੀਂ ਉਹ ਕੌਣ ਨੇ ਕੌਣ ਨਹੀਂ ਹੈ, ਪਰ ਉਹ ਬਹੁਤ ਸਾਲਾਂ ਦੀ ਚੱਲਦੀ ਪਈ ਆ। ਵਾਰ ਵਾਰ ਤੁਹਾਨੂੰ ਪਤਾ ਹੀ, ਕਈ ਵਾਰ ਪੁਰਾਣੀਆਂ ਚੀਜ਼ਾਂ ਸ਼ੇਅਰ ਹੋ ਜਾਂਦੀਆਂ। ਹਾਂ, ਸ਼ੇਅਰ ਹੋ ਜਾਂਦੀਆਂ ਬਿਲਕੁਲ, ਪਰ ਅੱਜ ਹੁਣ ਕੱਲ ਉਹੀ ਵਾਇਰਲ ਹੋਈ ਜਾਂਦੀ, ਆਲੇ ਦੁਆਲੇ ਉਹੀ ਘੁੰਮੀ ਜਾ ਰਹੀ ਵੀਡੀਓ। ਹਾਂਜੀ ਹਾਂਜੀ, ਫਿਰ ਕਿਉਂਕਿ ਅਗਲਾ ਇੰਨੀ ਘੋਖ ਪੜਤਾਲ ਨਹੀਂ ਕਰਦਾ, ਤੇ ਕਈ ਵਾਰੀ ਹੁੰਦਾ ਜਿਹੜਾ ਨਵਾਂ ਯੂਜ਼ਰ ਹੁੰਦਾ ਉਹਦੇ ਵਾਸਤੇ ਤਾਂ ਚੀਜ਼ ਨਵੀਂ ਹੁੰਦੀ ਹੈ। ਬਿਲਕੁਲ, ਗੱਲ ਇਹ ਆ ਕਿ ਹੁਣ ਇਹਦੇ ਤੇ ਤਾਂ ਕਾਰਵਾਈ ਕਰਨੀ ਚਾਹੀਦੀ ਆ। ਕੋਈ ਵੀ ਇਸ ਤਰ੍ਹਾਂ ਕਰ ਸਕਦਾ, ਉੱਥੇ ਤੇ ਇਸ ਤਰ੍ਹਾਂ ਦਾ ਇੱਕ ਪਾਟਕ ਪਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਹਿੰਦੂ ਸਿੱਖ ਨੂੰ ਲੜਾਇਆ ਜਾਵੇ ਆਪਣ ਵਿੱਚ ਵੀ। ਜੀ 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 ਜੀ, ਇਸ ਤਰ੍ਹਾਂ ਦਾ ਮਸਲਾ ਅੱਗੇ ਵਧੇਗਾ ਤਾਂ ਉਹਦੇ ਨਾਲ ਹਮੇਸ਼ਾ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਈ ਵਾਰ ਅਸਰਕਾਰ ਹੋਣੀਆਂ ਸ਼ੁਰੂ ਹੋ ਜਾਂਦੀਆਂ, ਜਦੋਂ ਖਾਸ ਤੌਰ ਤੇ ਕੋਈ ਜਮਾਤੀ ਘੋਲ ਸਾਂਝੇ ਝੰਡੇ ਹੇਠ ਲੜਿਆ ਜਾ ਰਿਹਾ ਹੋਵੇ। ਤਾਂ ਮੇਰੇ ਖਿਆਲ ਦੇ ਨਾਲ ਸਿੱਖ ਕੌਮ ਦੇ ਜਿਹੜੇ ਨਵਾਇਆ ਲੀਡਰ ਨੇ ਉਹਨਾਂ ਨੂੰ ਸੋਚਣ ਦੀ ਜ਼ਰੂਰਤ ਹੈ ਇੱਧਰ। ਸੋ ਲੈਟਸ ਸੀ ਕਿ ਅਕਾਲ ਤਖਤ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਵਟ ਡਿਸੀਜਨਸ ਕੀ ਲੈ ਕੇ ਆਉਂਦੇ ਨੇ ਉਹ। 905-813-9050-813-1320 ਕਰਾਊਨ ਫਲੋਰਸ ਐਂਡ ਡਿਕੋਰ ਵੱਲੋਂ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਜੀ। 120 ਰਦਰਫੋਰਡ ਰੋਡ ਸਾਊਥ, 905-796-2555 ਤੇ ਕਾਲ ਕਰ ਸਕਦੇ ਹੋ। ਕੈਲਡਨ ਸਬਜ਼ੀ ਫਾਰਮ, ਕੈਸ਼ ਐਂਡ ਕੈਰੀ, ਏਅਰਪੋਰਟ ਅਤੇ ਮੇਫੀਲਡ, ਤੇ ਜਿੱਥੇ ਮਿੰਟੂ ਜੀ ਇੱਥੇ ਵੀ ਇੰਡੀਆ ਵਾਲੇ ਸਾਈਕਲ ਪਹੁੰਚ ਚੁੱਕੇ ਨੇ। ਇੰਡੀਆ ਵਾਲੇ ਇੰਡੀਆ ਵਾਲੇ ਸਾਈਕਲ ਵੀ ਪਹੁੰਚ ਚੁੱਕੇ ਨੇ, ਨਾਲ ਪਾਵੇ ਵਾਲੇ ਮੰਜੇ ਵੀ ਪਹੁੰਚ ਚੁੱਕੇ ਨੇ, ਤੰਦੂਰ ਵੀ ਪਹੁੰਚ ਚੁੱਕੇ ਨੇ ਮਿੰਟੂ ਜੀ, ਤੇ ਨਾਲ ਫੋਲਡਿੰਗ ਮੰਜੇ ਵੀ ਪਹੁੰਚ ਚੁੱਕੇ ਨੇ। ਸੋ ਪੂਰਾ ਇੰਡੀਆ ਬਣਾਤਾ ਅਸੀਂ ਕੈਨੇਡਾ ਵਾਲਿਆਂ ਨੇ। ਸੋ ਕੈਲਡਨ ਸਬਜ਼ੀ ਫਾਰਮ, ਕੈਸ਼ ਐਂਡ ਕੈਰੀ, ਹੌਲੀ ਹੌਲੀ ਜਾਮਣਾਂ ਦੇ ਬੂਟੇ ਲੈ ਜਾਣੇ ਆ। ਹਾਂ, ਜਾਮਣ ਮਜੇ ਡਾਇਆ ਕਰ। ਇੱਕ ਚੀਜ਼ ਆ ਜਿਹੜੀ ਬੜੀ ਮੁਸ਼ਕਿਲ ਦੇ ਨਾਲ ਇੱਥੇ ਮਿਲਦੀ, ਜਾਮਣ। ਬਿਲਕੁਲ ਬਿਲਕੁਲ ਸਹੀ ਕਿਹਾ, ਬੜੀ ਮੁਸ਼ਕਿਲ ਦੇ ਨਾਲ। ਕਹਿੰਦਾ ਕਿ ਹੌਲੀ ਹੌਲੀ ਤੁਸੀਂ ਆਪਣੇ ਬੀ ਵੀ ਉਧਰ ਲੈ ਜਾਣੇ ਆ ਜਾਮਣਾਂ ਦੇ, ਤਾਂ ਜਾਮਣਾਂ ਦੇ ਹੇਠਾਂ ਮੰਜੇ ਤੇ ਲੱਗਦਾ ਕਿ ਮੋਟਰਾਂ ਮਾਟਰਾਂ ਵੀ ਬਣਾਓਗੇ, ਜਿਵੇਂ ਮੋਟਰਾਂ ਤੇ ਚਬੱਕੇ ਤੇ ਅੱਜ ਕੱਲ੍ਹ ਸਵੀਮਿੰਗ ਪੂਲ ਬਣ ਰਹੇ ਆ। ਬਿਲਕੁਲ ਜੀ। ਸੋ ਕੈਲਡਨ ਸਬਜ਼ੀ ਫਾਰਮ, ਏਅਰਪੋਰਟ ਅਤੇ ਮੇਫੀਅਰ, 905-965-3633। ਮਿੰਟੂ ਤੁਸੀਂ ਹੈਰਾਨ ਹੋਵੋਗੇ, ਇੱਥੇ ਮੋਟਰ ਵੀ ਨੇ ਕਾਫੀ ਸਾਡੇ ਦੂਰ ਐਗਰੀਕਲਚਰ ਫਾਰਮਾਂ ਦੇ ਵਿੱਚ, ਬਟ ਉਹ ਸਾਨੂੰ ਦਿਸਦੇ ਨਹੀਂ, ਬਟ ਹੈਗੇ ਜ਼ਰੂਰ ਹੈ ਇੱਥੇ। ਜ਼ਰੂਰ ਅਸੀਂ ਉਹਦੀ ਵੀਡੀਓ ਬਣਾ ਕੇ ਤੁਹਾਨੂੰ ਭੇਜਾਂਗੇ, ਤੁਸੀਂ ਵੀ ਸ਼ੇਅਰ ਕਰਿਓ। ਕਿਆ ਬਾਤ ਹੈ, ਉਹ ਕਈ ਵਾਰ ਤਾਂ ਗਾਣੇ ਬਣਦੇ, ਹੁਣ ਫਿਰ ਨਵੇਂ ਸਿਰੇ ਤੋਂ ਗਾਣੇ ਬਣਾਉਣ ਲੱਗ ਜਾਣਾ। ਸੌਣ ਦੇ ਬਹਾਨੇ ਆ ਜਾ ਮਿੱਤਰਾਂ ਦੀ ਮੋਟਰ ਤੇ, ਬੜੇ ਪੁਰਾਣੇ ਗਾਣੇ ਹੁੰਦੇ ਸੀ ਮੋਟਰਾਂ ਨਹੀਂ, ਕੈਨੇਡਾ ਵਾਲੀ ਮੋਟਰ ਤੇ। ਉਹੀ ਹੈ ਨਾ, ਫਿਰ ਕੈਨੇਡਾ ਦੇ ਮੋਟਰ ਤੇ ਵੀ ਗੀਤ ਬਣਨੇ ਸਟਾਰਟ ਹੋ ਜਾਣਗੇ। ਨਹੀਂ ਦੇਖੋ, ਗੱਲ ਇਹ ਆ ਕਿ ਹੁਣ ਜਦੋਂ ਇੰਨੀ ਵੱਡੀ ਤਾਦਾਦ ਹੋ ਗਈ, ਇੰਨੀ ਵੱਡੀ ਵਸੋਂ ਹੋ ਗਈ ਆ, ਫਿਰ ਸੱਭਿਆਚਾਰ ਜਿਹੜਾ ਹੁੰਦਾ ਉਹ ਤਾਂ ਕਿਤੇ ਨਾ ਕਿਤੇ ਉਹਦਾ ਬੀ ਉੱਥੇ ਫੁੱਟਦਾ, ਫਿਰ ਫਸਲ ਲਹਿਰਾਉਂਦੀ ਆ। ਮੇਰੇ ਖਿਆਲ ਦੇ ਨਾਲ ਜਿਹੜਾ ਸਾਡੇ ਪੁਰਖਿਆਂ ਨੇ ਉੱਥੇ ਬੀ ਖਿਲਾ ਰਿਹਾ ਸੀਗਾ, ਉਹ ਹੁਣ ਫਸਲ ਬਣ ਗਿਆ, ਉਹ ਫਸਲ ਲਹਿਰਾ ਰਹੀ ਆ। ਬਸ ਇਹੀ ਆ ਕਿ ਇਹਦੀ ਰਾਖੀ ਕਰਨੀ ਚਾਹੀਦੀ ਆ ਧਿਆਨ ਨਾਲ। ਬਿਲਕੁਲ, ਅਮੀਰ ਵਿਰਸਾ ਆ ਸਾਡਾ ਬਹੁਤ। ਬਿਲਕੁਲ 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 ਮਿੰਟੂ ਜੀ। ਸਾਊ ਫਿਰ ਮਿੰਟੂ ਜੀ, ਲਾਸਟ ਖਬਰ ਹੋ ਤਾਂ ਆਪਾਂ ਵਾਈਂਡ ਅਪ ਕਰਦੇ ਹਾਂ ਜੀ। ਯੂਪੀ ਪੁਲਿਸ ਨੇ ਕਹਿੰਦੇ ਕਿ ਹਿੰਦੂ ਫੈਮਿਲੀਜ਼ ਤੇ ਕੋਈ ਗਲਤ ਨਿਊਜ਼ ਦੱਸਿਆ, ਇਹਦੀ ਕੀ ਖਬਰ ਹੈ ਜੀ? ਹਾਂਜੀ, ਦੇਖੋ ਇਹ ਸੀਗਾ ਕਿ ਯੂਪੀ ਦੇ ਵਿੱਚ ਨਾ ਮੁਰਾਦਾਬਾਦ ਦੇ ਅੰਦਰ ਇੱਕ ਕਲੋਨੀ ਦਾ ਇੱਕ ਜਿੱਦਾਂ ਕਹਿ ਲਓ ਕਿ ਪੋਸਟਰ ਵਾਇਰਲ ਹੋਇਆ ਕਿ ਕਲੋਨੀ ਜਿਹੜੀ ਆ ਵਕਾਊ ਆ ਜੀ, ਤੇ ਉਹਦੇ ਤੇ ਟੈਲੀਵਿਜ਼ਨ ਚੈਨਲਾਂ ਨੇ ਡਿਬੇਟ ਵੀ ਕਰ ਦਿੱਤੇ ਕਿ ਇੱਥੇ ਮੁਸਲਮਾਨ ਹਿੰਦੂਆਂ ਨੂੰ ਇੰਨਾ ਤੰਗ ਕਰ ਰਹੇ ਨੇ ਕਿ ਇਹ ਇੱਥੋਂ ਹਿਜਰਤ ਕਰਨ ਵਾਸਤੇ, ਮਾਈਗ੍ਰੈਂਟ ਹੋਣ ਵਾਸਤੇ ਮਜਬੂਰ ਹੋ ਰਹੇ ਆ ਜੀ। ਪਰ ਹੁਣ ਯੂਪੀ ਪੁਲਿਸ ਨੇ ਹੀ ਇਸ ਖਬਰ ਨੂੰ ਗਲਤ ਕਰਾਰ ਦਿੱਤਾ। ਇਹ ਵੈਸੇ ਚਾਹੀਦਾ ਵਾ, ਜਿਹੜੇ ਰਾਸ਼ਟਰਵਾਦੀ ਚੈਨਲ ਆ ਉਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਜਦ ਇਹ ਗਲਤ ਆ। ਪਰ ਖਬਰ ਜਿਹੜੀ ਹੈ ਉਹ ਅਸਲ ਦੇ ਵਿੱਚ ਹੈ ਸਹੀ ਹੈ, ਪਰ ਹੈ ਥੋੜੀ ਉਲਟ ਹੈ। ਦਰਅਸਲ ਕੀ ਹੈ ਕਿ ਦੇਖੋ ਇੱਥੇ ਵੀ ਫਸਲ ਬੀਜੀ ਗਈ ਹੈ ਨਾ, ਕੁਛ 14 ਤੋਂ ਬਾਅਦ ਤੇ ਬਹੁਤ ਜ਼ਿਆਦਾ ਉਹਦਾ ਬੀਜ ਖਿਲਾਰਿਆ ਗਿਆ, ਨਫ਼ਰਤ ਦੀ ਫਸਲ ਜਿਹੜੀ ਹੈ, ਜ਼ਹਿਰ ਦੀ ਫਸਲ ਜਿਹੜੀ ਹੈ। ਤਾਂ ਉਹ ਹਿੰਦੂ ਮੁਸਲਮਾਨ, ਹਿੰਦੂ ਸਿੱਖ, ਪਤਾ ਨੀ ਕਿਆ ਕਿਆ ਬਣਾ ਰਹੇ ਤੇ ਕੀ ਕੀ ਬਣਨਾ। ਕਹਿਣ ਦਾ ਮਤਲਬ ਇਹੀ ਆ ਕਿ ਹੁਣ ਤੁਸੀਂ ਦੇਖੋ ਕਿ ਉਸ ਕਲੋਨੀ ਦੇ ਵਿੱਚ 2-3 ਮੁਸਲਮਾਨਾਂ ਨੇ ਆ ਕੇ ਮਕਾਨ ਖਰੀਦ ਲਿਆ। ਜਿੱਦਾਂ ਹੁਣ ਕੋਈ ਵੀ ਆ ਬੰਦਾ, ਮੰਨ ਲਓ ਇਧਰੋਂ ਆਪਣੇ ਕਿਸੇ ਵੀ ਕਮਿਊਨਿਟੀ ਦਾ ਬੰਦਾ ਕੈਨੇਡਾ ਚੋਂ ਕਮਾਈ ਕਰਕੇ ਚਲਾ ਜਾਵੇ ਉਧਰ, ਤੇ ਆਪਣਾ ਕਿਸੇ ਮੁਹੱਲੇ ਦੇ ਵਿੱਚ ਜਾ ਕੇ ਮਕਾਨ ਖਰੀਦੇ ਜਿੱਥੇ ਜ਼ਿਆਦਾਤਰ ਘਰ ਦੂਸਰੇ ਭਾਈਚਾਰੇ ਦੇ ਹੋਣ, ਤੇ ਉਹ ਕਹਿ ਦੇਣ ਕਿ ਹਾਂ ਹਾਂ ਇਹਨਾਂ ਨੇ ਜਗ੍ਹਾ ਲੈ ਲਈ ਆ, ਅਸੀਂ ਤੇ ਸਾਰਾ ਜਿਹੜਾ ਮਹੱਲਾ ਉਹ ਵੀ ਵੇਚਣਾ ਹੁਣ। ਜੀ 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 ਜੀ, ਆਹ ਹਾਲ ਆ ਕੋਈ।
ਜਦਕਿ ਇੰਡੀਆ ਦੇ ਸੰਵਿਧਾਨ ਦੇ ਮੁਤਾਬਕ ਰਾਈਟ ਟੂ ਇਕੁਅਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਰਾਈਟ ਟੂ ਇਕੁਅਲਿਟੀ ਜਿਹਨੂੰ ਕਹਿ ਦਿੰਦੇ ਹਾਂ, ਬਰਾਬਰਤਾ ਦਾ ਜਿਹੜਾ ਅਧਿਕਾਰ ਹੈ ਉਹਦੇ ਤਹਿਤ ਕੋਈ ਵੀ ਬੰਦਾ ਕਿਤੇ ਵੀ ਰਹਿ ਸਕਦਾ, ਕੋਈ ਵੀ ਬੰਦਾ ਕਿਤੇ ਵੀ ਜੋਬ ਕਰ ਸਕਦਾ, ਬਿਲਕੁਲ ਕੋਈ ਵੀ ਕਿਤੇ ਵੀ ਬੰਦਾ ਜਾ ਕੇ ਆਪਣਾ ਮਤਲਬ ਕਿ ਸੈਰ ਸਪਾਟਾ ਕਰ ਸਕਦਾ, ਖਾਸ ਕੋਈ ਮਨਾਹੀ ਨਹੀਂ ਹੈ ਜੀ। ਸੋ ਆਹ ਚੀਜ਼ਾਂ ਜਿਹੜੀਆਂ ਨੇ ਉਹ ਤਾਂ ਵੱਖਰੀ ਕਿਸਮ ਦੀਆਂ ਹੀ ਇੱਕ ਪਰਿਸਥਿਤੀ ਪੈਦਾ ਕਰਦੀਆਂ ਸਾਡੇ ਸਾਹਮਣੇ। ਹੁਣ ਦੇਖੋ ਗੱਲ ਤਾਂ ਮਾਜ਼ਰਾ ਇਹੀ ਹੈ, ਕਿਉਂਕਿ ਦੇਖੋ ਮੁਸਲਮਾਨ ਜਿਹੜੇ ਆ ਉਹ ਸਿਆਣੇ ਹੋ ਗਏ, ਘੱਟ ਗਿਣਤੀ, ਇੱਥੇ ਸਿੱਖਾਂ ਨੂੰ ਵੀ ਥੋੜੀ ਜਿਹੀ ਸਿੱਖਿਆ ਲੈਣੀ ਚਾਹੀਦੀ ਹੈ। ਵੈਸੇ ਤਾਂ ਸਿੱਖ ਆਲਰੇਡੀ ਇਸ ਮਾਮਲੇ ਦੇ ਵਿੱਚ ਅੱਗੇ ਨੇ, ਪਰ ਥੋੜਾ ਜਿਹਾ ਹੋਰ ਵੀ ਸਿੱਖਣਾ ਪਏਗਾ ਕਿ ਮੁਸਲਮਾਨ ਹੁਣ ਜ਼ਿਆਦਾਤਰ ਇਸ ਸਰਕਾਰ ਤੇ ਕੋਈ ਟੇਕ ਨਹੀਂ ਰੱਖਦੇ। ਉਹ ਜਾਂ ਤਾਂ ਸਕਿਲਡ ਹੁੰਦੇ ਨੇ ਜਾਂ ਉਹ ਮਾਈਗ੍ਰੈਂਟ ਹੁੰਦੇ ਨੇ, ਬਾਹਰਲੇ ਮੁਲਕਾਂ ਚ ਜਾਂਦੇ ਆਪਣੀ ਕਮਾਈ ਕਰਦੇ ਨੇ। ਬਿਲਕੁਲ ਦੋਨਾਂ ਹੀ ਸੂਰਤਾਂ ਚ ਤੁਹਾਡੇ ਕੋਲ ਪੈਸਾ ਆਏਗਾ। ਜੇ ਤੁਸੀਂ ਸਕਿਲਡ ਹੋ, ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਕਰਦੇ ਹੋ, ਆਪਣਾ ਬਿਜ਼ਨਸ ਰਨ ਕਰਦੇ ਹੋ, ਤਾਂ ਤੁਸੀਂ ਖੁਸ਼ਹਾਲ ਹੋ ਜੀ, ਕਿਉਂਕਿ ਤੁਹਾਡੀ ਕਿਸੇ ਤੇ ਨਿਰਭਰਤਾ ਨਹੀਂ ਹੈ। ਤੇ ਦੂਸਰੇ ਪਾਸੇ ਜੇ ਤੁਸੀਂ ਬਾਹਰ ਮਾਈਗ੍ਰੈਂਟ ਹੁੰਦੇ ਹੋ, ਉੱਥੇ ਵੀ ਬੰਦਾ ਆਪਣੇ ਪੇਟ ਤੇ ਪੱਟੀ ਬੰਨ ਕੇ ਕਮਾਈ ਕਰਦਾ ਹੈ, ਮੈਂ ਯਾਰ ਪਿਛਾ ਭੇਜਾਂ। ਸੋ ਦੋਨਾਂ ਸੂਰਤਾਂ ਦੇ ਵਿੱਚ ਉੱਥੋਂ ਦਾ ਉਸ ਇਲਾਕੇ ਦਾ ਮੁਸਲਮਾਨ ਖੁਸ਼ਹਾਲ ਹੈ, ਤਾਂ ਹੁਣ ਜ਼ਮੀਨ ਉਹਨੇ ਹੀ ਖਰੀਦਣੀ ਹੈ। ਤੇ ਗੱਲ ਤੇ ਇਹ ਹੈ ਕਿ ਇਨਵੈਸਟਮੈਂਟ ਕਰ ਰਹੇ ਹੋ ਤਾਂ ਸਗੋਂ ਉਲਟਾ ਤੁਹਾਡੀ ਇਕਾਨਮੀ ਨੂੰ ਕਿਤੇ ਨਾ ਕਿਤੇ ਉਹ ਥੁੰਮਣਾ ਦੇ ਰਿਹਾ ਵਾ। ਤੇ ਦੂਜਾ ਇਹ ਆ ਕਿ ਉੱਥੇ ਜਿਹੜਾ ਮੁਸਲਮਾਨਾਂ ਦੇ ਨਾਲ ਹੋਰ ਭਾਈਚਾਰਾ ਜ਼ਿਆਦਾ ਪ੍ਰਾਪਰਟੀ ਦੀ ਖਰੀਦ ਕਰਦਾ ਮੁਰਾਦਾਬਾਦ ਦੇ ਵਿੱਚ, ਉਸ ਇਲਾਕੇ ਦੇ ਵਿੱਚ ਉਹ ਹੈ ਅਹੀਰ, ਜਿਹਨਾਂ ਨੂੰ ਆਪਾਂ ਯਾਦਵ ਕਹਿ ਦਿੰਦੇ ਹਾਂ, ਕਿਉਂਕਿ ਇਹਨਾਂ ਦੇ ਕੋਲ ਪਸ਼ੂ ਧਨ ਬੜਾ ਹੁੰਦਾ, ਜਿਹਨੂੰ ਆਪਾਂ ਮਾਲ ਡੰਗਰ ਕਹਿ ਦਿੰਦੇ ਹਾਂ, ਤੇ ਗੱਟੇ ਦਾ ਕਾਰੋਬਾਰ, ਇਹ ਸਾਰਾ ਇਹਨਾਂ ਦਾ ਬਹੁਤ ਜ਼ਿਆਦਾ ਕਾਰੋਬਾਰ ਹੁੰਦਾ ਹੈ। ਤਾਂ ਇਹ ਜ਼ਿਆਦਾ ਉੱਥੇ ਖਰੀਦੋ ਫਰੋਖਤ ਕਰਦੇ ਨੇ, ਤੇ ਹੁਣ ਵੇਚ ਕੌਣ ਰਿਹਾ? ਵੇਚ ਤਾਂ ਤੁਹਾਡੇ ਰਹੇ ਠਾਕਰ ਬ੍ਰਾਹਮਣ, ਜਿਹਨਾਂ ਦੇ ਕਹਿ ਲਓ ਕਿ ਸ਼ੁਗਲ ਵੱਡੇ ਆ, ਜਿਵੇਂ ਆਪਣੇ ਵੀ ਕੁਛ ਇੱਥੇ ਕਰਦੇ ਆ ਪੰਜਾਬ ਦੇ ਵਿੱਚ, ਕਰਜ਼ਾ ਚੁੱਕ ਕੇ ਤਗੜਾ ਵਿਆਹ ਕਰਨਾ ਜੀ ਮੁੰਡੇ ਦਾ, ਕਰਜ਼ਾ ਚੁੱਕ ਕੇ ਜੀ ਅਸੀਂ ਤਗੜੀ ਕੋਠੀ ਪਾਉਣੀ ਆ। ਹੁਣ ਤੁਹਾਡੇ ਬੰਦੇ ਵੇਚ ਰਹੇ ਆ ਜਿਹਦੇ ਕੋਲ ਪੈਸਾ ਹੈ, ਅਰਸ਼ ਚਾਵਲਾ ਜੀ ਤੁਸੀਂ ਰੀਅਲ ਅਸਟੇਟ ਦੇ ਕਾਰੋਬਾਰ ਚ ਆ, ਜਿਹਦੇ ਕੋਲ ਪੈਸਾ ਉਹਨੇ ਇਨਵੈਸਟ ਕਰਨਾ। ਬਿਲਕੁਲ, ਔਰ ਦੇਸ਼ ਨੂੰ ਕੀ ਚਾਹੀਦਾ ਕਿ ਪ੍ਰੋਪਰਟੀ ਚ ਤੁਹਾਡੇ ਚ ਇਨਵੈਸਟਮੈਂਟ ਆਵੇ, ਇਸ ਤੋਂ ਵੱਡੀ ਇਨਵੈਸਟਮੈਂਟ ਤੇ ਹੋ ਹੀ ਨਹੀਂ ਸਕਦੀ। ਬਿਲਕੁਲ ਬਿਲਕੁਲ ਬਿਲਕੁਲ। ਤੇ ਦੂਸਰੇ ਪਾਸੇ ਅਕਲ ਦੇ ਅੰਨੇ ਜਿਹੜੇ ਆ ਇਸ ਚੀਜ਼ ਦੀ ਮੁਖਾਲਫਤ ਕਰ ਰਹੇ ਸਨ, ਅਸਲ ਦੇ ਵਿੱਚ ਮਾਮਲਾ ਇਹ ਆ। ਸੋ ਬੜੀ ਦੁੱਖ ਖਬਰ ਹੈ ਜੀ, ਇਹਨਾਂ ਨੂੰ ਇਕੁਅਲ ਨਹੀਂ ਰੱਖਿਆ ਜਾ ਰਿਹਾ, ਐਂਡ ਆਈ ਥਿੰਕ ਇਕੁਅਲ ਰੱਖਣਾ ਚਾਹੀਦਾ ਆ। ਮਿੰਟੂ ਜੀ, ਆਈ ਹੈਵ ਨੋ ਆਈਡੀਆ ਕਿ ਕੀ ਹੋ ਰਿਹਾ ਇੰਡੀਆ ਜੀ। ਸਿਰਫ ਤੇ ਸਿਰਫ ਇੱਕ ਇਹ ਜ਼ਾਹਿਲ ਪੁਣਾ ਹੁੰਦਾ ਐਂਡ ਪੋਲਿਟਿਕਸ, ਪੋਲਿਟਿਕਸ ਜ਼ਾਹਿਲ ਪੁਣਾ, ਸਿਆਸਤ ਦਾ ਗੰਦਾ ਖੇਡ, ਔਰ ਪਲੱਸ ਜੋ ਸਾਡੇ ਖੂਨ ਦੇ ਵਿੱਚ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਨਾ, ਸਾਡਾ ਕੁਛ ਸੰਕਲਪ ਹੁਣ ਜਿਸ ਤਰ੍ਹਾਂ ਦਾ ਸਾਨੂੰ ਮਿਲਦਾ ਹੈ, ਸਾਡੇ ਡੀਐਨਏ ਦੇ ਵਿੱਚ ਕੀ ਆ ਕਿ ਆਪਾਂ ਕਹਿੰਦੇ ਕਿ ਨਹੀਂ ਸਰਬੱਤ ਦਾ ਭਲਾ ਜੀ, ਬਿਲਕੁਲ ਸਰਬੱਤ ਦਾ ਭਲਾ। ਕੁਛ ਚੀਜ਼ਾਂ ਇਹ ਵੀ ਹੁੰਦੀਆਂ ਨਾ, ਮਨੁਵਾਤਾਂ, ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਬਹੁਤ ਜ਼ਿਆਦਾ ਸਨਾਤਨ ਧਰਮ ਨੂੰ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਚੀਜ਼ਾਂ ਨੇ ਤੇ ਪਹੁੰਚਾਇਆ। ਸਨਾਤਨ ਤੇ ਬਹੁਤ ਸ਼ਾਲੀਨ ਧਰਮ ਸੀਗਾ, ਨਰਮ ਧਰਮ ਸੀਗਾ, ਉਹਦੇ ਵਿੱਚ ਜਿਸ ਤਰ੍ਹਾਂ ਦਾ ਹੁਣ ਸਿਆਸਤ ਨੇ ਆ ਕੇ ਹਿੰਦੂਤਵ ਦਾ ਇੱਕ ਤਰ੍ਹਾਂ ਨਾਲ ਮੁਲੰਮਾ ਚਾੜਿਆ, ਪੁੱਠ ਲਾਈ ਆ, ਉਹਦਾ ਫਿਰ ਨੁਕਸਾਨ ਤੇ ਹੋ ਹੀ ਰਿਹਾ ਹੈ ਨਾ। ਬਿਲਕੁਲ ਬਿਲਕੁਲ ਮਿੰਟੂ ਜੀ, ਮਿੰਟੂ ਜੀ ਥੈਂਕ ਯੂ ਸੋ ਮਚ ਟਾਈਮ ਦੇਣ ਵਾਸਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸ਼ਾਮ ਨੂੰ ਮੁਲਾਕਾਤ ਹੋਣਗੀ ਜੀ। ਜੀ ਸ਼ੁਕਰੀਆ ਜੀ, ਅਰਸ਼ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।